ਸਤਿ ਸ਼੍ਰੀ ਅਕਾਲ ਮੈਂ ਰਵਿੰਦਰ ਅੱਜ ਜਿਹੜੀਆਂ ਦਾ ਟੀਮਰ ਟ੍ਰੇਲਰ ਹੈ ਉਹ ਜੋੜ ਜਾ ਰਿਹਾ ਤੇ ਅਸੀਂ ਮੈਮ ਨਾਲ ਅੱਜ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਜਿਹੜੀ ਮੂਵੀ ਆ ਜਿਹੜੇ ਜਿਹੜੀਆਂ ਦਾ ਚੱਬਾ ਹੈ ਨਾਮ ਦੇ ਜਿਹੜੇ ਸੈਂਟਰ ਦਾ ਹੋਲੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਲਮ ਹੈ ਚਿੜੀਆਂ ਦਾ ਚੱਬਾ ਅਤੇ ਅੱਜ ਟ੍ਰੇਲਰ ਤੁਸੀਂ ਹੁਣ ਵੇਖਿਆ ਹੀ ਹੋਏਗਾ ਤਾਂ ਆਡੀਅੰਸ ਨੂੰ ਟ੍ਰੇਲਰ ਤੋਂ ਸਮਝ ਆ ਜਾਂਦਾ ਹੈ ਕਿ ਇਸ ਫਿਲਮ ਦਾ ਨਾਮ ਚਿੜੀਆਂ ਦਾ ਚੱਬਾ ਕਿਉਂ ਇਹ ਇੱਕ ਚਿੜੀਆਂ ਦੀ ਆਜ਼ਾਦੀ ਦੀ ਕਹਾਣੀ ਹੈ ਅਤੇ ਉਹ ਜੋ ਚਿੜੀਆਂ ਦਾ ਚੱਬਾ ਹੈ ਉਹ ਉੱਡਣਾ ਚਾਹੁੰਦਾ ਹੈ ਬਟ ਆਜ਼ਾਦੀ ਦੇ ਨਾਲ ਉੱਡਣਾ ਚਾਹੁੰਦਾ ਹੈ ਸੋ ਆਹੀ ਸਾਡੀ ਫਿਲਮ ਆ ਆਹੀ ਅਸੀਂ ਰਿਪ੍ਰੈਜੈਂਟ ਕੀਤਾ ਹੈ ਸੋ ਦਿਸ ਇਜ਼ ਆਲ ਅਬਾਊਟ ਮੈਮ ਤੁਸੀਂ ਪੰਜਾਬੀ ਨਹੀਂ ਮੈਂ ਹਿੰਦੀ ਸਿੱਖਣਾ ਮੇਰਾ ਇਸ ਲਈ ਹੁੰਦੀ ਹੈ ਕਿਉਂਕਿ ਮੈਂ ਦਿੱਲੀ ਦੀ ਜੰਮੀ ਪਲੀ ਹਾਂ ਬਟ ਮੇਰੇ ਰੂਟਸ ਪੰਜਾਬ ਦੇ ਨੇ ਮੈਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਅਤੇ ਇਹ ਪੰਜਾਬ ਦੀ ਮਿੱਟੀ ਮੇਰੀ ਆਪਣੀ ਹੈ ਸੋ ਪੰਜਾਬੀ ਹਮੇਸ਼ਾ ਦਿਲੋਂ ਹੀ ਨਿਕਲਦੀ ਹੈ ਮੈਂ ਇਹ ਕਹਿਣਾ ਚਾਹੂੰਗੀ ਕਿ ਸਮਾਜ ਦੇ ਵਿੱਚ ਕਈ ਤਰੀਕੇ ਦੇ ਕਿਰਦਾਰ ਹੁੰਦੇ ਨੇ ਅਸੀਂ ਅੱਜ ਤੱਕ ਸਿਰਫ ਆਹੀ ਸ਼ੋਅ ਕੀਤਾ ਆ ਚਿੜੀਆਂ ਦਾ ਚੰਬਾ ਤੋਂ ਹਮੇਸ਼ਾ ਆਹੀ ਇੱਕ ਲਾਈਨ ਯਾਦ ਆਉਂਦੀ ਹੈ ਕਿ ਸਾਡਾ ਚਿੜੀਆਂ ਦਾ ਚੰਬਾ ਪਰ ਆਹ ਚਿੜੀਆਂ ਜੋ ਹੈ ਆਪਾਂ ਦੂਸਰਾ ਪਾਰਟ ਸ਼ੋਅ ਕੀਤਾ ਹੈ ਕਿ ਐਕਚੁਅਲੀ ਜੋ ਜਿਨ੍ਹਾਂ ਦੀ ਕੁਛ ਕੁਛ ਬੋਲੀਆਂ ਹੁੰਦੀਆਂ ਜੋ ਕੁੜੀਆਂ ਬੋਲ ਨਹੀਂ ਪਾਉਂਦੀਆਂ ਉਹ ਆਪਣੇ ਮਤਲਬ ਜੋ ਦਿਲ 'ਚ ਚੱਲਦਾ ਆ ਮੈਨੂੰ ਲੱਗਦਾ ਉਹ ਸਾਹਮਣੇ ਚੀਜ਼ ਨੂੰ ਰੱਖਣ ਆਪਣੇ ਅੰਦਰ ਦੀ ਖੁਆਇਸ਼ਾਂ ਨੂੰ ਉਹਨਾਂ ਨੂੰ ਸਾਹਮਣੇ ਰੱਖਣ ਦੀ ਲੋੜ ਹੈ ਅਤੇ ਉਹਨਾਂ ਨੂੰ ਇੱਕ ਆਜ਼ਾਦੀ ਦੀ ਲੋੜ ਹੈ ਇੱਕ ਆਜ਼ਾਦ ਖਿਆਲਾਤ ਦੀ ਲੋੜ ਹੈ ਅਤੇ ਆਹੀ ਬਗਾਵਤ ਅਸੀਂ ਸਾਡੀ ਚਿੜੀਆਂ ਦੇ ਚੱਬੇ 'ਚ ਦਿਖਾਈ ਹੈ ਮੈਮ ਤੁਸੀਂ ਫਿਲਮ ਦਾ ਨਾਮ ਰੱਖਿਆ ਜੀ ਬਟ ਇਹਦੇ ਵਿੱਚ ਕਿਰਦਾਰ ਆ ਜਿਹੜਾ ਸ਼ੇਰਨੀ ਵਾਲਾ ਦਿਖਾਇਆ ਹੋਇਆ ਆ ਉਹਦੇ ਮੈਕਨਿਜ਼ਮ ਕਿਉਂਕਿ ਚਿੜੀਆਂ ਸ਼ੇਰ ਦੀਆਂ ਹੀ ਹੁੰਦੀਆਂ ਨੇ ਅਤੇ ਮੈਂ ਆਹੀ ਕਹਿਣਾ ਚਾਹੂੰਗੀ ਕਿ ਬਹੁਤ ਇੱਕ ਖੂਬਸੂਰਤ ਕੋਨਸੈਪਟ ਬਣਿਆ ਆ ਜਿਵੇਂ ਕਿ ਤੁਸੀਂ ਟ੍ਰੇਲਰ 'ਚ ਦੇਖਿਆ ਮੈਂ ਬਾਰ ਬਾਰ ਉਹਨੂੰ ਕਹੂੰਗੀ ਕਿ ਟ੍ਰੇਲਰ ਦੇਖ ਕੇ ਮਤਲਬ ਹੁਣੇ ਮੇਰੇ ਗੂਸਬੰਪਸ ਕਿਉਂਕਿ ਇਸ ਤੋਂ ਪਹਿਲਾਂ ਮੈਂ ਵੀ ਟ੍ਰੇਲਰ ਨਹੀਂ ਦੇਖਿਆ ਸੀ ਓਨੈਸਟਲੀ ਅੱਜ ਟ੍ਰੇਲਰ ਲਾਂਚ ਦਾ ਸਾਡੇ ਲਈ ਇੱਕ ਸਰਪ੍ਰਾਈਜ਼ ਸੀ ਸੋ ਆਈ ਗੋਟ ਸੋ ਇਮੋਸ਼ਨਲ ਦੇਰ ਅਤੇ ਆਹ ਇੱਕ ਸ਼ੇਰਨੀਆਂ ਨੇ ਇੱਕ ਆਜ਼ਾਦ ਸ਼ੇਰਨੀਆਂ ਇਹ ਲੜਨਾ ਚਾਹੁੰਦੀਆਂ ਨੇ ਇਹ ਬਗਾਵਤ ਕਰਨਾ ਚਾਹੁੰਦੀਆਂ ਨੇ ਆਪਣੀ ਆਜ਼ਾਦੀ ਦੇ ਲਈ ਸੋ ਸਾਰਿਆਂ ਨੂੰ ਹੱਕ ਆ ਮੈਨੂੰ ਲੱਗਦਾ ਹੈ ਕਿ ਆਹ ਫਿਲਮ ਦੇਖਣ ਤੋਂ ਬਾਅਦ ਕਾਫੀ ਲੋਕਾਂ ਦੀ ਮੈਂਟੈਲਿਟੀ ਵੀ ਚੇਂਜ ਹੋਊਗੀ ਜੋ ਆਪਣੇ ਰਾਈਟਸ ਦੇ ਲਈ ਲੜਨਾ ਚਾਹੁੰਦੇ ਨੇ ਪਰ ਲੜ ਨਹੀਂ ਸਕਦੇ ਸਮਾਜ ਦੀ ਕੁਛ ਮਜਬੂਰੀਆਂ ਦੇ ਕਾਰਨ ਤਾਂ ਮੈਨੂੰ ਲੱਗਦਾ ਇਹ ਫਿਲਮ ਜ਼ਰੂਰ ਦੇਖਣ ਜਾਓ ਕਿਉਂਕਿ ਸਾਡੇ ਸਮਾਜ ਦੀ ਹੀ ਸਟੋਰੀ ਆ ਤੁਹਾਡੇ ਲੋਕਾਂ ਦੀ ਸਟੋਰੀ ਆ ਤੁਹਾਡੀ ਕੁੜੀਆਂ ਦੀ ਸਟੋਰੀ ਆ ਸਾਰਿਆਂ ਦੀ ਸਟੋਰੀ ਆ ਸਭ ਮੁੰਡੇ ਵੀ ਜ਼ਰੂਰ ਦੇਖਿਓ ਹੈ ਕਿ ਮੁੰਡੇ ਕਿਉਂਕਿ ਆਹ ਚੀਜ਼ ਸਾਰਿਆਂ ਨੂੰ ਦੇਖਣੀ ਜ਼ਰੂਰੀ ਮਤਲਬ ਆਈ ਲਿਟਰਲੀ ਹੈਡ ਟੀਅਰਸ ਇਨ ਮਾਈ ਆਈਜ਼ ਬਟ ਆਈ ਕੰਟਰੋਲਡ ਇਟ ਮੈਂ ਕੰਟਰੋਲ ਕਰ ਲਿਆ ਕਿਸੇ ਤਰ੍ਹਾਂ ਬਿਕੋਜ਼ ਆਈ ਇੱਕ ਬਹੁਤ ਹੀ ਜਿੰਨਾ ਕੁ ਅਸੀਂ ਉਹਨੂੰ ਖੂਨ ਪਸੀਨਾ ਸੈੱਟ 'ਤੇ ਲਗਾਇਆ ਅਸੀਂ 25-25 ਘੰਟੇ ਦੀਆਂ ਸ਼ਿਫਟਾਂ ਕੀਤੀਆਂ ਅਸੀਂ ਸੈੱਟ 'ਤੇ ਇੱਕ 2 ਘੰਟਾ ਸੋ ਕੇ ਜਾਂ ਨੈਪ ਲੈ ਕੇ ਫਿਰ ਤੋਂ ਉਹ ਪਾਵਰ ਆ ਜਾਂਦੀ ਸੀ ਸੈੱਟ ਦਾ ਅਲੱਗ ਹੀ ਕੁਛ ਪਾਵਰ ਸੀਗੀ ਉਹ ਪਾਵਰ ਦਾ ਸ਼੍ਰੇਅ ਸਾਰਾ ਜਾਂਦਾ ਪਲੇਅ ਸੈੱਟ ਮੈਂ ਕਹੂੰਗੀ ਸ਼ਰਨ ਅਮਾਇਰਾ ਮਹਿਨਾਜ਼ ਮੈਂ ਔਰ ਸ਼ਿਵਜੋਤ ਆਸ਼ੀਰ ਦੁੱਗਲ ਜੀ ਮਤਲਬ ਸਾਰਿਆਂ ਨੇ ਇਸ ਨੂੰ ਇੱਕ ਆਪਣਾ ਪ੍ਰੋਜੈਕਟ ਸਮਝ ਕੇ ਕੰਮ ਕੀਤਾ ਸੋ ਸਾਨੂੰ ਪਤਾ ਹੀ ਨਹੀਂ ਲੱਗਿਆ ਮਤਲਬ ਅਸੀਂ ਮਿੱਟੀ 'ਚ ਰੋਲ ਰਹੇ ਸੀ ਸਾਨੂੰ ਗੰਦਾ ਕੀਤਾ ਜਾਂਦਾ ਸੀ ਅਸੀਂ ਯੂਨੋ ਬਾਰਿਸ਼ ਦੇ ਵਿੱਚ ਮਿੱਟੀ ਦੇ ਵਿੱਚ ਮੈਗਾਡੋਰ ਦੇ ਵਿੱਚ ਗਰਮੀ 'ਚ ਮਤਲਬ ਬਟ ਮੈਨੂੰ ਲੱਗਾ ਉਹ ਜੋ ਜਦੋਂ ਕੰਟੈਂਟ ਜਦੋਂ ਸੀਨ ਬਾਅਦ 'ਚੋਂ ਅਸੀਂ ਦੇਖਦੇ ਸੀ ਨਾ ਬਣਿਆ ਹੋਇਆ ਇਹ ਦਿਲ ਨੂੰ ਖੁਸ਼ੀ ਮਿਲਦੀ ਸੀ ਕਿ ਸਾਡੀ ਮਿਹਨਤ ਸਫਲ ਹੋ ਗਈ ਆ ਅਤੇ ਅੱਜ ਅਸੀਂ ਜਦੋਂ ਟ੍ਰੇਲਰ ਦੇਖਿਆ ਮੈਨੂੰ ਵੀ ਇੱਦਾਂ ਲੱਗਿਆ ਕਿ ਸਾਡੀ ਮਿਹਨਤ ਸਫਲ ਹੋ ਗਈ ਆ ਬਾਕੀ ਤੁਸੀਂ ਦੱਸੋਗੇ 13 ਅਕਤੂਬਰ ਨੂੰ ਸਾਡੀ ਮਿਹਨਤ ਸਫਲ ਹੋਈ ਆ ਤੁਹਾਡੇ ਅਕੋਰਡਿੰਗ ਵੀ ਜਾਂ ਨਹੀਂ ਬਟ ਮੈਨੂੰ ਲੱਗਦਾ ਹੈ ਕਿ ਮੈਂ ਸਾਰੀ ਕੁੜੀਆਂ ਨੂੰ ਆਹੀ ਸੁਨੇਹਾ ਦੇਣਾ ਚਾਹੂੰਗੀ ਕਿ ਤੁਸੀਂ ਆਪਣੇ ਜਾ ਕੇ ਜ਼ਰੂਰ ਦੇਖਿਓ ਈਵਨ ਆਪਣੇ ਪਾਰਟਨਰ
ਸਿਸਟਰਸ ਦੇ ਨਾਲ ਜਾਓ ਆਪਣੇ ਪਾਪਾ ਦੇ ਨਾਲ ਜਾਓ ਬੱਚਿਆਂ ਦੇ ਨਾਲ ਜਾਓ ਬੇਟਿਆਂ ਦੇ ਨਾਲ ਜਾਓ ਬੇਟੀਆਂ ਦੇ ਨਾਲ ਜਾਓ ਬਿਕੋਜ਼ ਇਹ ਸਾਡੀ ਮਤਲਬ ਅਲੱਗ ਸਮਾਜ ਦੀ ਸਟੋਰੀ ਆ ਜੋ ਕਿ ਜੋ ਕੁੜੀਆਂ ਚੁੱਪ ਰਹਿ ਜਾਂਦੀਆਂ ਆ ਕਈ ਮਜਬੂਰੀ ਕਾਰਨ ਉਹਨਾਂ ਨੂੰ ਮੈਨੂੰ ਲੱਗਦਾ ਇੱਕ ਆਹ ਫਿਲਮ ਦੇਖ ਕੇ ਇੱਕ ਸਟਰੈਂਥ ਮਿਲੇਗੀ ਕਿ ਹਾਂ ਕਿ ਅਸੀਂ ਆਪਣੀ ਆਜ਼ਾਦੀ ਦੇ ਲਈ ਆਪਣੇ ਰਾਈਟਸ ਦੇ ਲਈ ਲੜਨਾ ਜ਼ਰੂਰੀ ਆ ਸੋ ਪਲੀਜ਼ ਵਾਚ ਚਿੜੀਆਂ ਦਾ ਚੰਬਾ ਸਾਰੇ ਮਿਲਦੇ ਨੇ ਦੁਬਾਰਾ ਥੈਂਕ ਯੂ ਕਰੋ ਦੁਬਾਰਾ ਦੇਖੇ ਇਹ ਕਹਿੰਦੇ ਚਿੜੀਆਂ ਦਾ ਚੰਬਾ ਜਿਹੜਾ ਟ੍ਰੇਲਰ ਰਿਲੀਜ਼ ਹੋ ਗਿਆ ਤਾਂ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਅਗਲੇ ਦਿਨ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਫਿਲਮ ਆ ਜ਼ਰੂਰ ਦੇਖਿਓ ਧੰਨਵਾਦ